ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਜਾ ਰਿਹਾ, ਜਿਸ ਕਾਰਨ ਦਰਿਆ ਦੇ ਨਾਲ ਵੱਸਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਉੱਥੇ ਹੀ ਵਿਧਾਨ ਸਭਾ ਹਲਕਾ ਜ਼ੀਰਾ ਦੇ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜ਼ੀਰਾ ਜੀ ਆਪਣੀ ਟੀਮ ਦੇ ਨਾਲ ਪਹੁੰਚੇ। ਕੀ ਕੁਛ ਉਹਨਾਂ ਨੇ ਉੱਥੇ ਕਿਹਾ ਅਤੇ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਤੁਸੀਂ ਵੇਖੋ ਜੀ, ਆ ਤਕਰੀਬਨ ਸਾਰੀ ਦੀ ਸਾਰੀ ਜਿਹੜੀ ਫਸਲ ਆ ਡੁੱਬ ਗਈ ਹੈ, ਸਾਰਾ ਝੋਨਾ ਲੱਗਿਆ ਸੀ ਅਤੇ ਉਹ ਟਰਾਂਸਫਾਰਮ ਦੇ ਜਿਹੜਾ ਪਾਣੀ ਹੈ ਉਹ ਨਾਲ ਤੱਕ ਪਹੁੰਚ ਗਿਆ। ਕੀ ਕਹਿਣਾ ਲੋਕਾਂ ਦਾ, ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਪਹੁੰਚਾ, ਕਿਉਂਕਿ ਕਾਫੀ ਦਿਨਾਂ ਦਾ ਰੌਲਾ ਇਹ ਪੈ ਰਿਹਾ ਔਰ ਕਾਫੀ ਦਿਨਾਂ ਦਾ ਪਾਣੀ ਇੱਥੇ ਵਗ ਰਿਹਾ। ਤੁਹਾਡੇ ਸਾਹਮਣੇ ਵੇਖੋ, ਦੂਜੇ ਹਲਕਿਆਂ ਦੇ ਵਿੱਚ ਸਾਰੇ ਜਿਹੜੇ ਉੱਥੋਂ ਦੇ ਮੰਤਰੀ ਆ ਜਾਂ MLA ਆ ਪਹੁੰਚੇ ਆ। ਤੁਸੀਂ ਅਖਬਾਰ ਵੇਖੀ ਆ, TV ਵੇਖੀ, ਇੱਥੋਂ ਦਾ ਜ਼ਿਲ੍ਹੇ ਦਾ ਕੋਈ DC ਨਾ ਕੋਈ SP ਨਾ ਕੋਈ SDM ਨਾ ਕੋਈ ਇਲਾਕੇ ਦਾ ਜਿਹੜਾ ਚੁਣਿਆ ਨੁਮਾਇੰਦਾ। ਵੇਖੋ, ਜੇ ਸਰਕਾਰ ਦੀ ਡਿਊਟੀ ਹੁੰਦੀ ਹੈ ਜਾਨ ਮਾਲ ਦੀ, ਜਿਹੜੀ ਲੋਕਾਂ ਦੀ ਰਾਖੀ ਕਰਨ ਦੀ, ਜੇ ਆ ਤੇ ਫੇਲ ਆ ਸੰਗਤ ਨੂੰ ਪੁੱਛੋ ਜੀ, ਜਿਹੜਾ ਆਇਆ ਕੁਛ ਨਹੀਂ, ਫੇਲ ਤਾਂ ਸਰਕਾਰ ਹੀ ਹੈ। ਸਰਕਾਰ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਹਰ ਚੀਜ਼ ਦੀ। ਆ ਮਿੱਟੀ ਆ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਾਲ ਸਾਹਿਬ ਨੂੰ ਬੇਨਤੀ ਕੀਤੀ, ਉਹਦੇ ਜਿੰਨੇ ਮਰਜ਼ੀ ਪੈਸੇ ਲੱਗੂ, ਆ ਸਾਰੀ ਸੰਗਤ ਖੜ੍ਹੀ ਹੈ ਇਹ ਸੰਗਤ ਦੇ ਸਹਿਯੋਗ ਦੇ ਨਾਲ। ਇਹਨਾਂ ਆਪਦੀਆਂ ਟਰਾਲੀਆਂ ਦੇ ਨਾਲ ਮਿੱਟੀ ਪਾਈ, ਅੱਜ ਉਸੇ ਚੀਜ਼ ਦਾ ਸਾਨੂੰ ਫਾਇਦਾ ਮਿਲ ਰਿਹਾ। ਅਤੇ ਇਹ ਨਾ ਪਾਈ ਹੁੰਦੀ ਤਾਂ ਅੱਜ ਨੂੰ ਆ ਪਿੰਡ ਸਾਰੇ ਡੁੱਬੇ ਹੋਣੇ ਸੀ। ਅਤੇ ਅਸੀਂ ਅੱਜ ਵੀ ਬੇਨਤੀ ਕਰਦੇ ਵੀ ਜਿੰਨੀ ਛੇਤੀ ਪ੍ਰਸ਼ਾਸਨ ਆਵੇ ਅਤੇ ਬੋਰੀਆਂ ਦੀ ਲੋੜ ਆ ਬੋਰੀਆਂ ਦੇਵੇ। ਬਾਕੀ ਬਾਲ ਸਾਹਿਬ ਦਾ ਹੁਕਮ ਹੈ, ਜੇ ਕੋਈ ਇੱਕ ਵਾਰੀ ਆ ਗਿਆ ਜੀ ਰੋਟੀ ਪਾਣੀ ਜਿੱਥੇ ਪ੍ਰਬੰਧ ਲੰਗਰ ਦੀ ਲੋੜ, ਅੱਜ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਖੜ੍ਹੇ ਹੈ, ਜਿੱਥੇ ਸੰਗਤ ਕਹੂਗੀ ਕਿਸੇ ਗੱਲੋਂ ਕੋਈ ਕਮੀ ਨਹੀਂ ਆਉਣ ਦੇਵਾਂਗੇ। ਜੋ ਸਾਡਾ ਫਰਜ਼ ਆ ਉਹ ਅਸੀਂ ਪੂਰਾ ਤਨਦੇਹੀ ਨਾਲ ਨਿਭਾਵਾਂਗੇ। ਇਸ ਤੋਂ ਇਲਾਵਾ ਜੇਕਰ ਹੋਰ ਵੀ ਇੱਥੇ ਆਫਤ ਰੱਬ ਨਾ ਕਰੇ ਕਿ ਬਣਦੀ ਆ, ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਉਹਦੇ ਵਿੱਚ ਰੋਲ ਰਹੂਗਾ? ਤੇ ਸਾਡੇ ਤਾਂ ਪ੍ਰਧਾਨ ਜੀ ਨੇ ਕੱਲ ਬਿਆਨ ਤੁਹਾਡੇ ਸਾਹਮਣੇ ਦਿੱਤਾ ਜੀ, ਵੀ ਜਿੱਥੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਉਹ ਜਿੰਨੀ ਮਿਹਨਤ ਕਰਨ, ਆਪਦਾ ਸਹਿਯੋਗ ਕਰਨ, ਇਹ ਫਰਜ਼ ਹੁੰਦਾ ਇਨਸਾਨੀਅਤ ਨਾਤੇ, ਹਰ ਇੱਕ ਦਾ ਡਿਊਟੀ ਹੈ, ਕੋਈ ਇਨਸਾਨ ਦਾ ਕਿਸੇ 'ਤੇ ਕਰਨਾ ਨਹੀਂ ਜੀ। ਜਿਹੜੀ ਚੀਜ਼ ਦੀ ਲੋੜ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਰ ਥਾਂ ਪਹੁੰਚਣਗੇ, ਹਰ ਤਰ੍ਹਾਂ ਦਾ ਸੰਗਤ ਨਾਲ ਸਹਿਯੋਗ ਕਰਨਗੇ। ਪਾਣੀ ਤੁਸੀਂ ਵੇਖੋ ਜੀ, ਤਕਰੀਬਨ ਸਾਡਾ ਜਿੰਨਾ ਏਰੀਆ ਸੀ ਸਾਰਾ ਹੀ ਇੱਧਰੋਂ ਡੁੱਬ ਗਿਆ, ਹਜ਼ਾਰਾਂ ਏਕੜ ਸਾਡੀ ਫਸਲ ਆ ਜਿਹੜੀ ਸਾਰੀ ਤਬਾਹ ਹੋ ਗਈ ਆ। ਆ ਤੁਸੀਂ ਇਹਨੂੰ ਨਿਗਾਹ ਮਾਰੋ, ਕੋਈ ਨਹੀਂ, ਅਸੀਂ ਆਪ ਖੁਦ ਕਿਸੇ ਪ੍ਰਸ਼ਾਸਨ ਨੇ ਆਉਂਦੇ ਆ ਅਫਸਰ ਗੱਡੀ 'ਤੇ ਗੇੜਾ ਮਾਰਿਆ ਅਤੇ ਮੁੜ ਗਏ ਇੱਥੇ। ਅਸੀਂ ਆਪ ਸਾਰੀ ਰਾਤ ਜ਼ਿਮੀਂਦਾਰ ਆਪਦਾ ਬਚਾਅ ਕਰਨ ਲਈ, ਜਿਹੜੇ ਸਾਡੇ ਘਰ ਬਚ ਜਾਣ ਉਹਦੇ ਲਈ ਅਸੀਂ ਆਪਦੀਆਂ ਮਿੱਟੀ ਦੀ ਟਰਾਲੀ, ਕੱਲ੍ਹ ਕੋਈ DC ਸਾਹਿਬ SDM ਨੂੰ ਬੇਨਤੀ ਕੀਤੀ ਕਿ ਸਾਨੂੰ ਕੋਈ ਤੋੜੇ ਜਾਂ ਦੂਜਾ ਸਾਨੂੰ ਕੋਈ JCB ਦੇ ਦਿਓ, ਅਸੀਂ ਟਰੈਕਟਰ ਲਾਉਣੇ ਆਉਂਦੇ ਜੀ, ਸਾਡੇ ਹੱਥ ਖੜ੍ਹੇ ਆਪਦਾ ਬਚਾਅ ਕਰੋ। ਦੱਸੋ ਇੱਥੇ ਕੀ ਕਿਸੇ ਨੇ ਕਰਨੇ ਦਾ? ਵੇਖੋ ਆਪਦੇ ਅਸੀਂ ਟਰੈਕਟਰ ਲਾਏ, ਆਪ ਸਾਰੇ ਅਸੀਂ ਜ਼ਿਮੀਂਦਾਰ ਸਾਰੀ ਰਾਤ ਵੀ ਜਾ ਕੇ ਕੱਢੀ ਆ ਜੀ, ਅਤੇ ਆਪਦਾ ਕਦੋਂ ਆਪਦਾ ਕਿ ਆਪਦਾ ਸਾਡੇ ਘਰ ਹੀ ਬਚੇ ਰਹਿਣ, ਅਸੀਂ ਉਸ ਕਰਕੇ ਆਪਦਾ ਲੱਗੇ ਹੋਏ ਹਾਂ। ਅਤੇ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਇੱਕ ਪੈਸੇ ਦੀ ਨਹੀਂ ਹੈਗੀ, ਅਤੇ ਨਾ ਮੁਆਵਜ਼ਾ ਤਾਂ ਕੀ ਦੇਣਾ ਜੀ, ਜਿਹੜਾ ਪਿਛਲੇ ਸਾਲ ਨੁਕਸਾਨ ਹੋਇਆ ਹੈ ਸਾਨੂੰ 1 ਰੁਪਈਆ ਅਜੇ ਤੀਕਰ ਮੁਆਵਜ਼ਾ ਨਹੀਂ ਉਹਦਾ ਆਇਆ। ਕੋਈ ਨੁਮਾਇੰਦਾ ਤੁਹਾਡੇ ਕੋਲ ਪਹੁੰਚਿਆ? ਕੋਈ ਨਹੀਂ ਜੀ ਨੁਮਾਇੰਦਾ ਅਜੇ ਤੀਕਰ ਆਇਆ, ਇੱਕ ਜਾਣਾ ਵੀ ਨਾ, ਕਿਸੇ ਨੇ ਸਾਰ ਨਹੀਂ ਲਈ। ਆਉਂਦੇ ਅਫਸਰ ਆਉਂਦੇ ਗੱਡੀਆਂ ਦੇ ਖਲੋ ਗਏ, ਜਿੱਥੋਂ ਤੀਕਰ ਗੱਡੀ ਜਾਂਦੀ ਆ ਨੋਜ 'ਤੇ ਖਲੋ ਗਏ, ਹਾਂਜੀ ਕਿੰਨਾ ਪਾਣੀ ਵੇਖ ਕੇ ਐਂ ਆ ਜੀ ਜੋ ਕਹਿ ਕੇ। ਜੇ ਕੋਈ ਕਹੀਦਾ ਸਾਨੂੰ ਕੋਈ ਮਦਦ ਦਿਓ ਜੀ, ਕੋਈ JCBਆਂ ਦਿਓ ਜੀ, ਕੋਈ ਦਿਓ, ਅਸੀਂ ਟਰੈਕਟਰ ਨਾਲ ਲੱਗਦੇ ਸੈਂਤਲਾ, ਸਾਡੀ ਕਿਸੇ ਨੇ ਕੋਈ ਗੱਲ ਨਹੀਂ ਜੀ ਸੁਣੀ, ਤੋੜੇ ਨਹੀਂ ਇੱਥੋਂ ਤੀਕਰ ਕਿ ਤੋੜੇ ਭਰ ਕੇ ਲਾ ਲਈਏ। ਮਰਾਣਾ ਸਾਹਿਬ, ਬੇਨਤੀ ਆ ਵੀ ਅਸੀਂ ਜ਼ੀਰਾ ਹਲਕੇ ਦੇ ਪਿੰਡ ਖੰਨਾ ਵਿਖੇ ਖੜ੍ਹੇ ਹਾਂ। ਆ ਤੁਸੀਂ ਦੇਖ ਸਕਦੇ ਜੇ ਵੀ ਸਾਰੇ ਇਲਾਕੇ ਦੀਆਂ ਸੰਗਤਾਂ ਆਈਆਂ ਨੇ, ਇੱਥੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਆ ਕੇ ਪਹੁੰਚਿਆ।
ਕਿਸੇ ਨੇ ਕੋਈ ਸਹੂਲਤ ਨਹੀਂ ਦਿੱਤੀ। ਆਹ ਪਿੰਡ ਦੀਆਂ ਨਗਰ ਦੀਆਂ ਸੰਗਤਾਂ ਸਾਰੀਆਂ ਤੁਸੀਂ ਵੇਖ ਰਹੇ ਆ, ਨੋਸ਼ ਦੇ ਉੱਪਰ ਦੀ ਪਾਣੀ ਚੱਲ ਰਿਹਾ ਆ ਅਤੇ ਸੰਗਤਾਂ ਆਪ ਮਿੱਟੀ ਪਾ ਰਹੀਆਂ ਨੇ। ਆਹ ਤੁਹਾਡੇ ਸਾਹਮਣੇ ਟਰੈਕਟਰ ਆਏ ਨੇ ਮਿੱਟੀ ਦੀਆਂ ਟਰਾਲੀਆਂ ਭਰ ਭਰ ਕੇ, ਪਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ। ਤੁਸੀਂ ਦੇਖ ਸਕਦੇ ਜੇ ਵੀ ਬਿਜਲੀ ਵਾਲੇ ਖੰਭਿਆਂ ਉੱਪਰ ਲੱਗੇ ਜਿਹੜੇ ਟਰਾਂਸਫਾਰਮ ਆ ਉਹ ਪਾਣੀ ਦੇ ਵਿੱਚ ਆ ਚੁੱਕੇ ਨੇ ਅਤੇ ਬਿਜਲੀ ਵਾਲੀਆਂ ਤਾਰਾਂ ਸਿਰਫ 5-7 ਫੁੱਟ ਉੱਚੀਆਂ ਰਹਿ ਗਈਆਂ ਨੇ। ਪਰ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ, ਕੋਈ DC, ਕੋਈ SSP, ਕੋਈ SDM ਕੋਈ ਇੱਥੇ ਨਹੀਂ ਪਹੁੰਚਿਆ। ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਇੱਥੇ ਹੋ ਕੇ ਗਈ ਆ, ਸੰਗਤਾਂ ਨੂੰ ਮਿਲ ਕੇ ਗਈ ਆ ਅਤੇ ਵਿਸ਼ਵਾਸ ਦਵਾ ਕੇ ਗਈ ਆ ਵੀ ਅਸੀਂ ਜਿੰਨੀ ਵੀ ਮਦਦ ਹੋ ਸਕੀ ਸ਼੍ਰੋਮਣੀ ਅਕਾਲੀ ਦਲ ਸੰਗਤਾਂ ਦੇ ਨਾਲ ਖੜਾ ਹੈ। ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ, ਸ਼੍ਰੋਮਣੀ ਅਕਾਲੀ ਦਲ ਆਇਆ, ਇਹਨੇ ਸਾਨੂੰ ਪੁੱਛਿਆ ਵੀ ਮਰੇ ਜਿਉਂਦੇ ਹੈਗੇ ਜੇ ਕਿ ਨਹੀਂ। ਅਸੀਂ ਰਾਤ ਦਿਨ ਇੱਕ ਕੀਤਾ ਹੋਇਆ, ਟਰੈਕਟਰ ਆਪਦੇ ਲਾਏ ਆ, ਕੋਈ ਗੱਟਾ ਨਹੀਂ ਸਾਡੇ ਕੋਲ, ਕੋਈ ਕੁਛ ਨਹੀਂ। ਸਾਡੀ ਕਦੀ ਵੀ ਇਹ ਬਣ 'ਤੇ ਜਿਹੜੀ ਨੋਚ ਲੱਗੀ ਇਹਦੇ ਉੱਪਰ ਮਿੱਟੀ ਨਹੀਂ ਕਦੀ ਪਈ, ਹੁਣ ਟੁੱਟਣ ਨੂੰ ਤਿਆਰ ਹੈ। ਅਸੀਂ ਆਪਦੀਆਂ ਟਰਾਲੀਆਂ ਟਰੈਕਟਰ ਲਾ ਕੇ ਮਿੱਟੀ ਪਾਉਂਦੇ ਹਾਂ ਅਤੇ ਕੋਈ JPC, ਅਸੀਂ ਬੜੇ ਫੋਨ ਕੀਤੇ ਆ ਤਹਿਸੀਲਦਾਰ ਸਾਹਿਬ ਨੂੰ ਅਤੇ ਉਹ ਕਹਿੰਦੇ ਆ ਰਹੀ ਅਜੇ ਤੱਕ ਤਾਂ ਆਈ ਨਹੀਂ। ਉਨੇ ਚਿਰ ਨੂੰ ਮੇਰਾ 1.5-2 ਫੁੱਟ ਪਾਣੀ ਰਹਿ ਗਿਆ, ਉਨੇ ਚਿਰ ਨੂੰ 4 ਵਜਦੇ ਨੂੰ ਉਸ ਤਰ੍ਹਾਂ ਹੀ ਖਿਲਾਰੇ ਪੈ ਜਾਣੇ ਆ ਅਤੇ ਬਸ ਚੜ੍ਹਦੀ ਕਲਾ ਅਤੇ ਕੋਈ ਆ ਕੇ ਸਾਡੇ ਨਾਲ ਕੋਈ ਕੁਛ ਨਹੀਂ। ਅਸੀਂ ਵਾੜਾ ਅਕਾਲੀ ਰਾਓ ਤੋਂ ਸਰਪੰਚ ਆ, ਲੇਡੀ ਸਰਪੰਚ ਆ ਅਸੀਂ। ਅਸੀਂ ਪਿਛਲੇ ਥੋੜ੍ਹੇ ਦਿਨਾਂ ਦੇ ਵਿੱਚ ਜਲੰਧਰ ਵਾਲਿਆਂ ਨੇ ਕੱਚਾ ਬੰਨ ਬੰਨਿਆ ਸੀ ਬਿਨਾਂ ਮਨਜ਼ੂਰੀ ਤੋਂ, ਬਿਨਾਂ ਕਿਸੇ ਗੱਲ ਤੋਂ। ਉਹ ਬੰਨ ਵੀ ਸਾਡਾ ਕਿਸੇ ਨੇ ਸੁਣਾਈ ਨਹੀਂ ਹੋਈ। ਫਿਰੋਜ਼ਪੁਰ ਅਸੀਂ ਅਕਸਰ ਸਾਹਿਬ ਕੋਲ ਵੀ ਗਏ ਸੀ, ਪੰਚਾਇਤਾਂ ਦੇ ਸਾਰੇ ਸਰਪੰਚਾਂ ਦੇ ਸੈਨ ਅੰਗੂਠੇ ਕਰਾ ਕੇ ਗਏ ਸੀ ਵੀ ਸਾਡਾ ਬੰਨ ਜਿਹੜਾ ਸਾਡਾ ਨੁਕਸਾਨ ਕਰਦਾ ਇੱਧਰ। ਉਹ ਬੰਨ ਵੀ ਨਹੀਂ, ਇਹਨਾਂ ਕਿਸੇ ਹੱਲ ਵੀ ਸਾਡਾ ਕੋਈ ਹੋਇਆ, ਸਾਡੇ ਕੋਈ ਵੀ ਸੁਣਾਈ ਨਹੀਂ ਹੋਈ ਅੱਜ ਤੱਕ ਨਾ। ਪਿਛਲੀ ਵਾਰ ਖਰਾਬਾ ਵੀ ਅਸੀਂ ਕਹਿੰਦੇ ਰਹੇ ਵੀ ਸਾਡੇ ਸਰਪੰਚ ਹੋ ਤੁਸੀਂ। ਹਾਂਜੀ ਲੇਡੀ, ਹਾਂਜੀ ਹਾਂ ਗਏ, ਹਾਂਜੀ ਅਸੀਂ ਗਏ ਅਕਸਰ ਸਾਹਿਬ ਕੋਲ ਗਏ ਸੀ ਵੀ ਬੰਨ MLA ਕੋਲ ਗਏ। ਹਾਂਜੀ ਇਹਨਾਂ ਕੋਲ ਗਏ, ਉਹਨਾਂ ਕਿਹਾ ਵੀ ਸਾਡੀ ਇਨਕੁਆਇਰੀ ਮੀਟਿੰਗ ਚੱਲ ਰਹੀ ਹੈ, ਤੁਹਾਨੂੰ ਮੁਆਵਜ਼ਾ ਦਵਾਂਗੇ, ਪਰ ਸਾਨੂੰ ਮਿਲਿਆ ਨਹੀਂ ਅਜੇ ਤੱਕ। ਪਿੰਡ ਦੇ ਬਹੁਤ ਚਾਹਵਾਨ ਸੀ ਵੀ ਸਾਨੂੰ ਖਰਾਬਾ ਮਿਲ ਜਾਏ, ਕੋਈ ਮਸਲਾ ਹੱਲ ਹੋ ਜਾਏ। ਗਰੀਬ ਜਨਤਾ ਦਰਿਆ ਦੇ ਵਿੱਚ, ਬਹੁਤ ਫਸਲ ਦਾ ਨੁਕਸਾਨ ਹੁਣ ਫਿਰ ਹੋ ਗਿਆ ਸਾਨੂੰ ਖਰਾਬਾ ਦਾ। ਭਾਈ ਸਾਹਿਬ ਮੇਰੀ ਗੱਲ ਸੁਣੋ, ਸਾਨੂੰ ਪਿਛਲੇ ਸਾਲ ਦਾ ਇਹਨਾਂ ਨੇ ਕਰਕੇ ਸਾਰਾ ਕੁਛ, ਇੱਕ ਪੈਸਾ ਸਾਨੂੰ ਪਿਛਲੇ ਸਾਲ ਦਾ ਨਹੀਂ ਜੀ ਆਇਆ। ਸਾਡਾ ਪਿਛਲੇ ਸਾਲ ਵੀ ਨੁਕਸਾਨ ਹੋਇਆ, ਸਾਨੂੰ ਇੱਕ ਪੈਸਾ ਜੇ ਕਿਤੇ ਪਟਵਾਰੀ ਕਹੀਦਾ ਜੀ ਅੱਜ ਫੰਡ ਆਉਂਦਾ ਜਾਂ ਅੱਜ ਆਉਂਦਾ ਜੀ ਕਰ ਦਿੰਦੇ ਹਾਂ ਜੀ ਮਹੀਨੇ ਨੂੰ, ਅੱਜ ਸਾਲ ਤੋਂ ਉੱਤੇ ਹੋ ਗਿਆ ਜੀ, ਸਾਨੂੰ ਇੱਕ ਪੈਸਾ ਨਹੀਂ ਉਹ ਪਿਛਲਾ ਵੀ ਆਇਆ।